ਮੈਨੂੰ ਬਹੁਤ ਸਾਰੇ ਲੋਕ ਕਮੈਂਟਸ ਕਰਦੇ ਨੇ, ਬਹੁਤ ਸਾਰੇ ਲੋਕ ਵਟਸਐਪ ਤੇ ਮੇਰੇ ਇਨਬਾਕਸ ਮੇਰੇ ਮੈਸੇਂਜਰ ਚ ਰਾਬਤਾ ਕਰਦੇ ਨੇ ਮੇਰੇ ਨਾਲ ਕਿ ਤੁਸੀਂ ਜਿਹੜੀਆਂ ਐਂਟਰਟੇਨਮੈਂਟ ਵੀਡੀਓ ਨੇ ਉਹ ਕਿਉਂ ਬਣਾਉਣੀਆਂ ਛੱਡ ਦਿੱਤੀਆਂ ਨੇ। ਔਰ ਮੈਂ ਅੱਜ ਇੱਕ ਰਾਸ ਤੋਂ ਪਰਦਾ ਜਿਹੜਾ ਮੈਂ ਚੱਕ ਕਰਦਾ ਜਾਵਾਂ। ਇਹ ਜਿਹੜਾ ਚੈਨਲ ਹੈ ABHGTV, ਇਹ ਚੈਨਲ ਨਾ ਇੰਟਰਵਿਊ ਦਾ ਚੈਨਲ ਹੈ, ਇਹ ਨਾ ਚੈਨਲ ਅਸੀਂ ਮਤਲਬ ਹੋਰ ਕਿਸੇ ਕੰਮ ਵਾਸਤੇ ਬਣਾਇਆ ਸੀ। ਬੇਸਿਕ ਜਿਹੜੀ ਇਹਦੀ ਬੁਨਿਆਦ ਸੀ, ਮਤਲਬ ਜੋ ਸੋਚ ਕੇ ਬਣਾਇਆ ਸੀ, ਉਹ ਇਹ ਸੀ ਕਿ ਚੈਨਲ ਜਿਹੜਾ ਅਸੀਂ ਇਸ ਵਾਸਤੇ ਬਣਾਇਆ ਸੀ ਕਿ ਇਹਨਾਂ ਦੋਸਤਾਂ ਵਾਸਤੇ ਇਹ ਇੰਟਰਟੇਨਮੈਂਟ ਚੈਨਲ ਸੀ, ਔਰ ਇਹਦੇ ਤੇ ਅਸੀਂ ਮਜ਼ਾਹੀਆ ਵੀਡੀਓ ਬਣਾ ਕੇ ਛੋਟੀਆਂ ਛੋਟੀਆਂ ਸਟੋਰੀਆਂ ਉਹ ਚਲਾਉਣੀਆਂ ਸਨ। ਦਿਓ ਲੋਕਾਂ ਨੂੰ ਇੰਟਰਟੇਨਮੈਂਟ, ਟੈਨਸ਼ਨ ਪਾਕਿਸਤਾਨ 'ਚ ਬੜੀ, ਸਾਨੂੰ ਵੀ ਬੜੀ ਹੈ, ਹਰ ਬੰਦੇ ਨੂੰ ਬੜੀ, ਆਟਾ ਲੱਭਦਾ ਨਹੀਂ, ਤੇਲ ਮਹਿੰਗਾ ਹੈ, ਪੈਟਰੋਲ ਹੱਥ ਨਹੀਂ ਪਾਉਣ ਦਿੰਦਾ, ਦਰਾਨੀ ਜਿੱਤਰ ਮਾਰਦੀ ਹੈ, ਕਾਰੋਬਾਰ ਚੱਲਦਾ ਨਹੀਂ, ਕੰਮ ਲੱਭਦਾ ਨਹੀਂ, ਉਹ ਹਲੇ ਤੱਕ ਨਹੀਂ ਪਹੁੰਚਿਆ, ਪਤਾ ਨਹੀਂ ਕਦੋਂ ਸਟਾਰ ਆਉਣਾ ਹੈ, ਕਦੋਂ ਨਹੀਂ ਆਗੇ ਪੜਿਆ। ਮੈਂ ਕਹਿੰਦਾ ਤੁਸੀਂ 6 ਦਿਨ ਲਾਹੌਰੋ, 7ਵੇਂ ਦਿਨ ਇੱਥੇ ਆਓ, ਟਾਈਮ ਬਣਾਓ ਵੀ ਤੁਸੀਂ ਇਹ ਬੰਦਾ ਫਲਾਣਾ, ਤੁਹਾਡਾ ਤੁਹਾਡੇ ਅਫਸਰ ਮਲਕ ਸਹੀ ਸਾਹਿਬ ਜੀ ਵੀ ਵੇਖ, ਸਾਡੇ ਉਸਤਾਦੇ ਮੋਹਤਰਮ ਸ਼ਗਿਰਦ ਨੇ, ਸਾਡੇ ਕੁਲੀਗ ਨੇ, ਸਾਡੇ ਨਾਲ ਇੱਕ ਸਟਾਰ ਨੇ ਹੁਣੇ ਆਉਣਗੇ, ਉਹ ਉਹਨਾਂ ਦਾ ਇੰਤਜ਼ਾਰ ਸੀ, ਰਸਤੇ 'ਚ ਨੇ ਪੌੜੀਆਂ ਚੜ੍ਹਦੇ ਹੋਣਗੇ, ਫਿਰ ਸਾਲ ਲੱਗਣਾ ਇਹਨਾਂ ਨੂੰ, ਉਹ ਆ ਜਾਣਗੇ ਤੇ ਫਿਰ ਉਹ ਦੋਨਾਂ ਵੀ ਤੁਹਾਨੂੰ ਗੱਲਬਾਤ ਸੁਣਾ ਦੇਵਾਂਗੇ। ਲੇਕਿਨ ਹਮੇਸ਼ਾ ਹਰ ਵੇਲੇ ਸਾਨੂੰ ਝਿੜਕਾਉਣਾ, ਹਰ ਵੇਲੇ ਸਾਡੇ ਤੇ ਦੱਬੇ ਰਹਿੰਦੇ ਨੇ ਜੀ, ਤੁਸੀਂ ਟਾਈਮ ਨਹੀਂ ਦਿੰਦੇ, ਤੁਸੀਂ ਛੇ ਦਿਨ ਤੁਹਾਨੂੰ ਲਾਹੌਰ ਨੂੰ ਵੇਲ ਨਹੀਂ, ਤੁਸੀਂ ਆ ਜਾਓ, ਮੈਂ ਆ ਕੇ ਤੁਹਾਡੇ ਕੋਲ, ਅੱਜ ਕਿੰਨੇ ਵਜੇ ਦਾ ਬੈਠਾ ਮੈਂ ਤੁਹਾਡੇ ਕੋਲ, ਯਾਦ ਹੈ ਤੁਹਾਨੂੰ? 3 ਵਜੇ ਤੁਸੀਂ ਮੈਨੂੰ ਬੰਨੇ ਹੈ, ਇਹਨਾਂ ਚਿਰ ਤੇ ਖੋਤਾ ਬਣੀ ਹੈ ਤੇ ਉਹ 10 ਵਜੇ ਤਾਂ ਬੇਖਵਾ 9 ਵਜ ਗਏ ਨੇ। ਇੱਕ ਬੰਦਾ ਆਉਣਾ ਜੀ, ਇੱਕ ਬੰਦੇ ਨੇ ਆਉਣਾ ਜੀ, ਇੱਕ ਬੰਦੇ ਨਹੀਂ, ਬੰਦਾ ਆਉਂਦਾ ਮਰਦਾ ਤੇ ਸਾਡੀ ਵੀ ਦੌੜ ਲਾ ਜਾਓ ਫਿਰ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਨਾਜ਼ਰੀਨ, ਤੁਹਾਡੀ ਖਿਦਮਤ 'ਚ ਹਾਜ਼ਰ ਹੈ ਤੁਹਾਡਾ ਹੋਸਟ ਬਾਬਰ ਬੇਗੁਰ, ਤੁਸੀਂ ਵੇਖ ਰਹੇ ਹੋ ਆਪਣਾ ABHGTV। ਅੱਜ ਮੈਂ ਜਿਹੜੀ ਵੀਡੀਓ ਬਣਾ ਰਿਹਾ ਜੀ, ਇੱਕ ਬੜੀ ਅਜੀਬੋ ਗਰੀਬ ਜੀ ਵੀਡੀਓ ਹੈ, ਔਰ ਇਹਦੇ ਬਾਰੇ 'ਚ ਤੁਸੀਂ ਮੈਨੂੰ ਆਪਣੇ ਜਿਹੜੇ ਕਮੈਂਟਸ ਨੇ ਜ਼ਰੂਰ ਦੇਣਾ, ਔਰ ਚੂੰਕਿ ਤੁਹਾਡੇ ਤੋਂ ਬਿਹਤਰ ਜਿਹੜਾ ਮੁਨਸਬ ਹੈ ਉਹ ਕੋਈ ਨਹੀਂ, ਚੂੰਕਿ ਤੁਸੀਂ ਸਾਡੇ ਨਾਲ ਹਮੇਸ਼ਾ ਹੀ ਜਿਹੜਾ ਉਹ ਮੁਹੱਬਤ ਕਰਨ ਵਾਲੇ ਹੋ, ਬੇਲੋਸ ਮੁਹੱਬਤ ਕਰਨ ਵਾਲੇ ਹੋ। ਮੈਨੂੰ ਬਹੁਤ ਸਾਰੇ ਲੋਕ ਕਮੈਂਟਸ ਕਰਦੇ ਨੇ, ਬਹੁਤ ਸਾਰੇ ਲੋਕ ਵਟਸਐਪ ਤੇ ਮੇਰੇ ਇਨਬੋਕਸ ਮੇਰੇ ਮੈਸੇਂਜਰ 'ਚ ਰਾਬਤਾ ਕਰਦੇ ਨੇ ਮੇਰੇ ਨਾਲ ਕਿ ਤੁਸੀਂ ਜਿਹੜੀਆਂ ਐਂਟਰਟੇਨਮੈਂਟ ਵੀਡੀਓ ਨੇ ਉਹ ਕਿਉਂ ਬਣਾਉਣੀਆਂ ਛੱਡ ਦਿੱਤੀਆਂ ਨੇ। ਨਾਲ ਉਹਦੀ ਇੱਕ ਬੜੀ ਵੱਡੀ ਵਜ੍ਹਾ ਮੈਂ ਦੋਸਤਾਂ ਨਾਲ ਸ਼ੇਅਰ ਕਰਨੀ ਚਾਹੁੰਦਾ ਵਾਂ, ਉਹਦੀ ਜਿਹੜੀ ਸਭ ਤੋਂ ਵੱਡੀ ਵਜ੍ਹਾ ਵੇ ਉਹ ਇਹ ਵੇ ਕਿ ਮੈਂ ਚੂੰਕਿ 3 ਤੋਂ 4 ਦਿਨ ਮੇਰੇ ਲਾਹੌਰ ਗੁਜ਼ਰ ਜਾਂਦੇ ਨੇ ਹਰ ਵੀਕ, ਔਰ ਉਹ ਜਿਹੜੇ 3-4 ਦਿਨ ਹੁੰਦੇ ਨੇ ਉਹ ਕਾਰੇ ਖੈਰ ਦੇ ਸਿਲਸਿਲੇ 'ਚ ਹੁੰਦੇ ਨੇ, ਕਿਉਂਕਿ ਫੈਮਲੀਆਂ ਨਾਲ ਟਾਈਮ ਬਣਿਆ ਹੁੰਦਾ, ਉਹਨਾਂ ਕੋਲ ਜਾਣਾ ਹੁੰਦਾ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਅੱਲਾ ਰੱਬੁਲ ਇੱਜ਼ਤ ਨੇ ਇੱਕ ਡਿਊਟੀ ਲਾਈ ਹੈ ਅਤੇ ਇੱਕ ਨੌਕਰੀ ਜਿਹੜੀ ਹੈ ਉਹ ਅੱਲਾ ਪਾਕ ਨੇ ਦਿੱਤੀ ਹੋਈ ਹੈ, ਅਤੇ ਉਸ ਨੌਕਰੀ ਦੇ ਮੁਤਾਬਕ ਜਿਹੜਾ ਉਹ ਜਿਹੜੀ ਡਿਊਟੀ ਹੈ ਉਹਨੂੰ ਨਿਪਟਾਉਣ ਵਾਸਤੇ ਅੱਲਾ ਰੱਬੁਲ ਇੱਜ਼ਤ ਦੀ ਮਦਦ ਨਾਲ ਔਰ ਉਹਦੇ ਅਹਿਸਾਨ ਨਾਲ ਅਤੇ ਉਹ ਲੋਕਾਂ ਕੋਲ ਚਾਹੀਦਾ, ਔਰ ਅੱਲਾ ਤਾਲਾ ਦੀ ਤਰਫੋਂ ਜੋ ਮਤਲਬ ਹੋ ਸਕਦਾ ਉਹਦੀ ਰਜ਼ਾ ਵਾਸਤੇ ਉਹ ਕਰਦਾ, ਔਰ ਮਸ਼ਕੂਰ ਆ ਉਹਨਾਂ ਦੋਸਤਾਂ ਦਾ ਜਿਹੜੇ ਦੋਸਤ ਇਹਦੇ 'ਚ ਮੇਰੇ ਨਾਲ ਨੇ ਔਰ ਤਾਮਨ ਫਰਮਾਉਂਦੇ ਨੇ। ਹੁਣ ਅਗਲੀ ਗੱਲ ਆ ਗਈ ਕਿ ਮੈਂ ਇੰਟਰਟੇਨਮੈਂਟ ਵੀਡੀਓ ਕਿਉਂ ਨਹੀਂ ਕਰਦਾ। ਅੱਛਾ, ਮੈਂ ਜਦੋਂ ਗੁਜਰਾਤ ਆਉਂਦਾ ਵਾਂ 2-3 ਦਿਨ ਮੈਂ ਗੁਜਰਾਤ ਰਹਿੰਦਾ। ਅੱਛਾ, ਗੁਜਰਾਤ ਜਿਹੜੇ ਮੈਂ 2-3 ਦਿਨ ਰਹਿੰਦਾ ਵਾਂ ਉਹਦੇ ਵਿੱਚੋਂ ਵੀ ਮੇਰੇ 2 ਦਿਨ ਜਿਹੜੇ ਨਾ ਜੀ ਉਹ ਆਫਿਸ ਵਰਕ 'ਚ ਗੁਜ਼ਰ ਜਾਂਦੇ ਨੇ। ਅੱਛਾ, ਆਫਿਸ 2-3 ਵਜੇ ਕਚਹਿਰੀ ਦਫਾਤਰ ਜਿਹੜੇ ਸਰਕਾਰੀ ਨੂੰ ਬੰਦ ਹੋ ਜਾਂਦੇ ਨੇ, ਕਿਉਂਕਿ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਖਿਦਮਤ ਇਨਸਾਨੀਅਤ ਵਾਸਤੇ ਅਸੀਂ ਤੱਕ ਵਿਰਦ ਜਿਹੜਾ ਮਤਲਬ ਉਹ ਅਸੀਂ ਅਕਾਊਂਟ ਦੇ ਸਿਲਸਿਲੇ 'ਚ ਮਸਰੂਫ ਹਾਂ, ਅਤੇ ਅੱਲਾ ਕਰੇ ਇਹਦਾ ਅਕਾਊਂਟ ਜਲਦੀ ਖੁੱਲ੍ਹ ਜਾਵੇ। ਅਤੇ ਅਕਾਊਂਟ ਦੇ ਬੜੇ ਮਾਮਲਾਤ ਨੇ ਪਿਛਲੇ 1.5 ਸਾਲ ਤੋਂ ਮੁਸਲਸਲ ਅਣਥੱਕ ਮਿਹਨਤ ਜਿਹੜੀ ਉਹ ਕਰ ਰਹੇ ਹਾਂ। ਇਨਸ਼ਾਅੱਲਾ ਅੱਲਾ ਨੇ ਚਾਹਿਆ ਅਤੇ ਅਸੀਂ ਸਖਰੂ ਵੀ ਹੋਵਾਂਗੇ ਔਰ ਉਹ ਰੰਗ ਵੀ ਲਿਆਏਗੀ। ਕੋਈ ਐਸਾ ਕੰਮ ਨਹੀਂ ਜਿਹੜਾ ਨਾਮੁਮਕਿਨ ਹੋਵੇ, ਅੱਲਾ ਦੀ ਮਦਦ ਸ਼ਾਮਿਲ ਹਾਲ ਹੋਣੀ ਚਾਹੀਦੀ ਹੈ। ਹੁਣ ਗੱਲ ਇਹ ਆ ਗਈ ਕਿ ਮੈਂ ਇੰਟਰਟੇਨਮੈਂਟ ਵੀਡੀਓ, ਅੱਛਾ ਮੇਰੇ ਕੋਲ ਹੁਣ ਟਾਈਮ ਜਿਹੜਾ ਬਚਦਾ ਉਹ ਬਚਦਾ 2-3 ਵਜੇ ਤੋਂ ਬਾਅਦ। 2-3 ਵਜੇ ਤੋਂ ਬਾਅਦ ਜੀ ਮੇਰੇ ਭਾਈ ਨੇ, ਮੇਰੇ ਸਾਥੀ ਨੇ ਬਹੁਤ ਪੁਰਾਣੇ, ਔਰ ਮੇਰੇ ਇਹ ਸ਼ਗਿਰਦ ਖਾਸ ਵੀ ਨੇ, ਇਹ ਪ੍ਰੋਫੈਸ਼ਨ ਦੇ ਹਵਾਲੇ ਨਾਲ ਡਾਕਟਰ ਨੇ, ਲੇਕਿਨ ਇਹਨਾਂ ਦੇ ਅੰਦਰ ਇੱਕ ਅੱਛਾ ਆਰਟਿਸਟ ਵੀ ਮੌਜੂਦ ਹੈ। ਲੇਕਿਨ ਸ਼ਾਰਟਕੱਟ ਲਫ਼ਜ਼ਾਂ ਜਿਹੜੀ ਗੱਲ ਇਹ ਹੋਈ ਹੈ ਕਿ ਇਹ ਮੇਰਾ ਸਾਥ ਦੇਣ ਨੂੰ ਤਿਆਰ ਨਹੀਂ, ਮਤਲਬ ਤਿਆਰ ਤੋਂ ਮੁਰਾਦ ਕਿ ਥੋੜ੍ਹਾ ਜਿਹਾ ਅਗਰ ਇਹ ਮੇਰੇ ਨਾਲ ਮੈਨੇਜ ਕਰ ਲੈਣ ਤਾਂ ਮੈਂ ਜਿਹੜਾ ਉਹ ਵੀਡੀਓ ਤੁਹਾਡੇ ਤੱਕ ਜਿਹੜੀ ਹੈ ਅੱਛੀ ਵੀਡੀਓ ਬਣਾ ਕੇ ਦੇ ਸਕਦਾ। ਲੇਕਿਨ ਕਿਉਂਕਿ ਮੈਂ ਲਾਹੌਰ ਔਰ ਗੁਜਰਾਲੇ ਜਦੋਂ ਜਾਂਦਾ ਵਾਂ ਤਾਂ ਮੇਰੇ ਕੋਲ ਇਹ ਟਾਈਮ ਨਹੀਂ ਹੁੰਦਾ ਕਿ ਮੈਂ ਇਹ ਵੀਡੀਓ ਬਣਾਵਾਂ ਇੰਟਰਟੇਨਮੈਂਟਾਂ ਲਈ, ਸੋ ਮੇਰੇ ਕੋਲ ਟਾਈਮ ਹੁੰਦਾ ਕਿ ਮੈਂ ਕਿਸੇ ਨਾਲ ਕੋਈ ਦੁੱਖ ਸੁੱਖ ਜਿਹੜਾ ਉਹ ਸ਼ੇਅਰ ਕਰਨਾ ਹੁੰਦਾ ਹੈ। ਅਤੇ ਇਹ ਜਨਾਬ ਮੇਰੇ ਨਾਲ ਨੇ, ਇਹ ਅੱਜ ਮੇਰੀ ਇਹਨਾਂ ਨਾਲ ਗੱਲ ਹੋਈ ਹੈ, ਮੇਰੀ ਇਹਨਾਂ ਨਾਲ ਬਹਿਸ ਹੋ ਗਈ ਹੈ। ਮੈਂ ਇਹਨਾਂ ਨੂੰ ਦੱਸਿਆ ਕਿ ਲੋਕ ਇਹ ਕਹਿੰਦੇ ਨੇ ਯਾਰ ਸਾਨੂੰ ਇੰਟਰਟੇਨਮੈਂਟ ਵੀਡੀਓ ਜਿਹੜੀ ਹੈ ਤੁਸੀਂ ਅਗਰ ਥੋੜ੍ਹਾ ਜਿਹਾ ਸਾਥ ਦਿਓ ਤਾਂ ਬਣਾਉਣੀ ਚਾਹੀਦੀ ਹੈ। ਲੇਕਿਨ ਇਹ ਮੈਨੂੰ ਕਹਿੰਦੇ ਜੀ ਕੁਝ ਗੱਲਾਂ ਐਸੀਆਂ ਨੇ ਅਸੀਂ ਜਿਹੜੀਆਂ ਕਰਾਂਗੇ, ਤੁਸੀਂ ਉਹਨਾਂ ਨੂੰ ਲਾਓਗੇ, ਤੁਸੀਂ ਉਹਨਾਂ ਨੂੰ ਚਲਾਓਗੇ। ਅਤੇ ਇਹ ਜਨਾਬ ਮੇਰੇ ਨਾਲ ਨੇ,
ਜੀ ਤੁਸੀਂ ਜਿਹੜਾ ਆਪ ਦੱਸੋ ਜਿਹੜੀ ਬੇਗ ਸਾਹਿਬ ਗੱਲਾਂ ਤਾਂ ਮੈਂ ਬਿਸਮਿਲ੍ਲਾ ਜੀ ਸਭ ਤੋਂ ਪਹਿਲਾਂ ਤੇ ਸਾਰਿਆਂ ਨੂੰ ਸਲਾਮ ਅਲੈਕੁਮ ਬੇਗ ਸਾਹਿਬ ਨੇ ਵੀਡੀਓ ਦਾ ਤਾਰਫ ਕਰਾ ਦਿੱਤਾ ਹੈ ਤੇ ਮੇਰਾ ਤਾਰਫ ਵੀ ਤੁਹਾਨੂੰ ਹੈ ਏਬੀਐਸ ਜੀ ਵੇਖਣ ਵਾਲੇ ਸਾਰੇ ਮੈਨੂੰ ਜਾਣਦੇ ਹੋ ਬੇਗ ਸਾਹਿਬ ਗੱਲ ਇਹ ਤੁਸੀਂ ਹਮੇਸ਼ਾ ਸ਼ਿਕਵਾ ਕਰਨਾ ਰਹਿੰਦੇ ਹੋ ਸ਼ਾਗਿਰਦਾਂ ਤੇ ਸਾਡੇ ਮੋਹਤਰਮ ਹਜ਼ੂਰ ਸਾਡੇ ਸਾਡੇ ਜੀ ਇਹ ਵੱਡੇ ਨੇ ਗੁਰੂ ਨੇ ਤੇ ਇਹਨਾਂ ਦੇ ਵੀ ਜਿਹੜੇ ਸਾਇਆ ਅਸੀਂ ਜਿਹੜਾ ਕੁਛ ਇੰਟਰਟੇਨ ਦਾ ਕਰੀਏ ਜਾਂ ਦੂਜਾ ਕਰੀਏ ਉਹ ਕਰਨਾ ਹੁੰਦਾ ਹੈ ਲੇਕਿਨ ਹਮੇਸ਼ਾ ਹਰ ਵੇਲੇ ਸਾਨੂੰ ਝਿੜਕਾਉਣਾ ਹਰ ਵੇਲੇ ਸਾਡੇ ਤੇ ਦੱਬੇ ਰਹਿੰਦੇ ਨੇ ਜੀ ਤੁਸੀਂ ਟਾਈਮ ਨਹੀਂ ਦਿੰਦੇ ਤੁਸੀਂ ਛੇ ਛੇ ਦਿਨ ਤੁਹਾਨੂੰ ਲਾਹੌਰ ਨੂੰ ਵੇਲ ਨਹੀਂ ਤੁਸੀਂ ਆ ਜਾਓ ਮੈਂ ਆ ਕੇ ਤੁਹਾਡੇ ਕੋਲ ਅੱਜ ਕਿੰਨੇ ਵਜੇ ਬੈਠਾ ਮੈਂ ਤੁਹਾਡੇ ਕੋਲ ਯਾਦ ਹੈ ਤੁਹਾਨੂੰ 3 ਵਜੇ ਤੁਸੀਂ ਮੈਨੂੰ ਬੰਨੇ ਹੈ ਇੰਨਾ ਚਿਰ ਤੇ ਖੋਤਾ ਬਣੀ ਤੇ ਉਹ ਵਧਾ ਦਿੱਤਾ ਬੇਗ ਸਾਹਿਬ 9 ਵੱਜ ਗਏ ਨੇ ਇੱਕ ਬੰਦਾ ਆਉਣਾ ਜੀ ਇੱਕ ਬੰਦੇ ਨੇ ਆਉਣਾ ਜੀ ਇੱਕ ਬੰਦੇ ਨਹੀਂ ਬੰਦਾ ਆਉਂਦਾ ਮਰਦਾ ਤੇ ਸੱਟ ਵੀ ਧੋਣ ਲਾ ਜਦੋਂ ਫਿਰ ਨਾਜ਼ਰੀਨ ਇਸ ਗੱਲ ਦਾ ਮੈਂ ਜਵਾਬ ਦਿੰਦਾ ਜੀ ਕਹਿੰਦੇ ਜੀ ਲਾਹੌਰ ਮੈਂ ਜਿਸ ਤਰ੍ਹਾਂ ਕਿ ਪਹਿਲਾਂ ਦੀ ਵਜ਼ਾਹਤ ਬੜੀ ਤਫਸੀਲ ਨਾਲ ਮੈਂ ਕਰ ਚੁੱਕੇ ਹਾਂ ਕਿ ਕਿਉਂਕਿ ਉਹ ਡਿਊਟੀ ਕਿਸ ਤਰ੍ਹਾਂ ਦੀ ਹੈ ਕਿ ਉਹ ਮੈਂ ਨਹੀਂ ਸਮਝਦਾ ਕਿ ਉਹ ਸਭ ਕੁਛ ਬਕਾਇਆ ਜਿਹੜਾ ਜ਼ਰੂਰੀ ਹੈ ਮੈਂ ਸਮਝਦਾ ਕਿ ਅਗਰ ਅੱਲਾਹ ਤਾਲਾ ਨੇ ਸਾਡਾ ਕਿਸੇ ਨਾਲ ਤਲਕ ਜਾਂ ਨਾਤਾ ਜੋੜਿਆ ਇਸ ਹਵਾਲੇ ਨਾਲ ਅਤੇ ਸਾਡੀ ਨਲਾਇਕਾਂ ਦੀ ਡਿਊਟੀ ਲਾਈ ਹੈ ਤਾਂ ਸਾਨੂੰ ਚਾਹੀਦਾ ਕਿ ਉਸ ਡਿਊਟੀ ਨੂੰ ਧਿਆਨ ਨਾ ਕਰਨਾ ਬਾਕੀ ਮੈਂ ਕਹਿੰਦਾ ਕਿ ਅਗਰ ਇਹ ਮੇਰੇ ਨਾਲ ਮੈਨੇਜ ਕਰ ਲੈਣਾ ਟਾਈਮ ਦਾ ਨੇਰ ਸਵੇਰ ਹੋ ਜਾਂਦਾ ਸਾਰਾ ਕੁਛ ਸਾਰੇ ਮਸਾਇਲ ਆਪਣੀ ਜਗ੍ਹਾ ਨੇ ਲੇਕਿਨ ਅੱਲਾਹ ਦੇ ਰਸਤੇ ਤੇ ਚੱਲਣਾ ਇੱਕ ਬੇਗ ਸਾਹਿਬ ਵੇਖੋ ਤੁਸੀਂ ਬਾਰ ਬਾਰ ਉਹ ਗੱਲ ਕਰ ਰਹੇ ਹੋ ਅਸੀਂ ਉਸ ਤੋਂ ਇਨਕਾਰ ਨਹੀਂ ਕਰਦੇ ਮੈਂ ਕਹਿ ਰਿਹਾ ਤੁਹਾਡੀ ਇੰਟਰਟੇਨਮੈਂਟ ਦੀ ਵੀਡੀਓ ਕਿੰਨੀ ਦੇਰ ਦੀ ਹੁੰਦੀ ਹੈ 10 ਮਿੰਟ ਦੀ 12 ਮਿੰਟ ਦੀ ਅੱਛਾ 10 ਵੀਡੀਓ ਬਣਾ ਲਈਆਂ ਤੇ ਕਿੰਨੇ ਮਿੰਟ ਚਾਹੀਦੇ ਨੇ 3 ਘੰਟੇ 3 ਘੰਟੇ ਚਾਹੀਦੇ ਨੇ ਤੇ ਕਿਹੜੇ ਦਿਨ ਐਸਾ ਹੋਇਆ ਕਿ ਮਤਲਬ ਮੈਂ ਤੁਹਾਨੂੰ ਕਹਿ ਰਿਹਾ ਮੈਂ ਅੱਜ ਨਾਲ ਰਹੀ ਨਾ ਉਸਤਾਦ ਨੇ ਮੈਨੂੰ 3 ਵਜੇ ਦੇ ਨਾਲ ਲਏ ਆ 9 ਵੱਜ ਗਏ ਨੇ 6 ਘੰਟੇ ਹੋ ਗਏ ਨੇ ਤੇ ਆ ਪਹਿਲੀ ਵੀਡੀਓ ਬਣ ਲਈ ਹੈ ਉਹ ਵੀ ਹੁਣ ਉਸਤਾਦ ਦਾ ਮੂਡ ਬਣਿਆ ਤੇ ਫਿਰ ਉਹ ਜੀ ਉੱਥੋਂ ਲਾਈਟ ਫੜੋ ਜੀ ਕੈਮਰਾ ਫੜੋ ਜੀ ਕੁਰਸੀ ਸਿੱਧੀ ਕਰੋ ਜੀ ਮੇਜ ਸਿੱਧੇ ਕਰੋ 14 ਕਾਲਾਂ ਇੱਕ ਸਟਾਰ ਨੂੰ ਕੀਤੀਆਂ ਗਈਆਂ ਨੇ ਉਹਨੇ ਸਾਡੀ ਆਈ ਜੀ ਪਰਿਆ ਮੁਕਾਉਣੀ ਸੀ ਉਹ ਹਲੇ ਤੱਕ ਨਹੀਂ ਪਹੁੰਚਿਆ ਪਤਾ ਨਹੀਂ ਕਦੋਂ ਉਹ ਸਟਾਰ ਆਉਣਾ ਕਦੋਂ ਨੇ ਆ ਕੇ ਪਰਿਆ ਮੈਂ ਕਹਿੰਦਾ ਤੁਸੀਂ 6 ਦਿਨ ਲਾਹੌਰ 7ਵੇਂ ਦਿਨ ਇੱਥੇ ਆਓ ਟਾਈਮ ਬਣਾਓ ਵੀ ਤੁਸੀਂ ਇਹ ਬੰਦਾ ਫਲਾਣਾ ਤੁਹਾਡੇ ਅਫਸਰ ਮਤਲਬ ਸਹੀ ਸਾਹਿਬ ਜੀ ਵੀ ਬੇਗ ਸਾਡੇ ਉਸਤਾਦੇ ਮੋਹਤਰਮ ਵਿੱਚ ਗਿਰਦ ਨੇ ਸਾਡੇ ਕੁਲੀਕ ਨੇ ਸਾਡੇ ਨਾਲ ਇੱਕ ਸਟਾਰ ਨੇ ਹੁਣੇ ਆਉਣਗੇ ਉਹ ਉਹਨਾਂ ਦਾ ਇੰਤਜ਼ਾਰ ਸੀ ਰਸਤੇ 'ਚ ਪੌੜੀਆਂ ਚੜ੍ਹਦੇ ਹੋਣਗੇ ਫਿਰ ਸਾਲ ਲੱਗਣਾ ਇਹਨਾਂ ਨੂੰ ਉਹ ਆ ਜਾਣਗੇ ਤੇ ਫਿਰ ਉਹ ਦੋਨਾਂ ਵੀ ਤੁਹਾਨੂੰ ਗੱਲਬਾਤ ਸੁਣਾ ਦੇਵਾਂਗੇ ਠੀਕ ਹੈ 3 ਘੰਟੇ ਇਹਨਾਂ ਨੂੰ ਪਾਓ 4 ਪਾਓ ਆਪਣੀਆਂ 6-7 ਵੀਡੀਓ ਬਣਾ ਕੇ 7 ਦਿਨ ਦਾ ਕੰਮ ਜਿਹੜਾ ਲੋਕਾਂ ਨੂੰ ਦਿਓ ਲੋਕਾਂ ਨੂੰ ਇੰਟਰਟੇਨਮੈਂਟ ਅਤੇ ਟੈਨਸ਼ਨ ਪਾਕਿਸਤਾਨ 'ਚ ਬੜੀ ਸਾਨੂੰ ਵੀ ਬੜੀ ਹੈ ਹਰ ਬੰਦੇ ਨੂੰ ਬੜੀ ਆਟਾ ਲੱਭਦਾ ਨਹੀਂ ਤੇਲ ਮਹਿੰਗਾ ਪੈਟਰੋਲ ਹੱਥ ਨਹੀਂ ਪਾਉਣ ਦਿੰਦਾ ਦਿਨਾਨੀ ਚਿੱਤਰ ਮਾਰਦੀ ਹੈ ਕਾਰੋਬਾਰ ਚੱਲਦਾ ਨਹੀਂ ਕੰਮ ਲੱਭਦਾ ਨਹੀਂ ਤੇ ਰਿਲੈਕਸੇਸ਼ਨ ਤਾਂ ਲੋਕ ਮੰਗਦੇ ਨੇ ਨਹੀਂ ਦੇਣੀ ਚਾਹੀਦੀ ਹੈ ਪਰ ਟਾਈਮ ਦਲੀਲ ਤਾਂ ਨਾ ਕਰੋ ਕੰਮ ਕਰਾਓ ਮਸਤਾਦ ਜੀ ਮੈਂ ਦੋਸਤਾਂ ਨੂੰ ਦੱਸਦਾ ਚੱਲਾਂ ਜੀ ਵਕਤ ਦਾ ਹੇਰ ਫੇਰ ਜਿਹੜਾ ਮਤਲਬ ਉਹ ਹੋ ਜਾਂਦਾ ਹੈ ਲੇਕਿਨ ਕਦੇ ਵੀ ਮੇਰੀ ਤਰਫੋਂ ਹੇਰ ਫੇਰ ਨਹੀਂ ਹੋਇਆ ਇਸ ਟਾਈਮ ਵੀ ਇਹ ਆਫਿਸ ਬੈਠੇ ਹਾਂ ਇੱਥੇ ਤੁਹਾਨੂੰ ਮੈਂ ਅਗਰ ਦਿਖਾ ਸਕਾਂ ਤਾਂ ਸਾਰਾ ਜਿਹੜਾ ਸਮਾਨ ਹੈ ਸਾਡਾ ਇੱਥੇ ਉਹ ਐਡੀਟਿੰਗ ਦਾ ਜਾਂ ਰਿਕਾਰਡਿੰਗ ਦਾ ਜਿੰਨਾ ਸਮਾਨ ਹੈ ਉਹ ਮੌਜੂਦ ਹੈ ਅਸੀਂ ਤਾਂ 24 ਆਵਰ ਜਿਹੜਾ ਹੱਲ ਅਤੇ ਰਿਕਾਰਡਿੰਗ 'ਚ ਰਹਿੰਦੇ ਹਾਂ ਲੇਕਿਨ ਮਕਸਦ ਇਹ ਹੁੰਦਾ ਹੈ ਕਿ ਜਿਸ ਤਰ੍ਹਾਂ ਹੁਣ ਉਹ ਗੱਲ ਕਰ ਰਹੇ ਨੇ ਕਿ ਉਹ ਆ ਗਏ ਦੂਸਰਾ ਦੋਸਤ ਜਿਹੜਾ ਮਤਲਬ ਉਹ ਨਾ ਪਹੁੰਚਿਆ ਤੀਸਰਾ ਨਾ ਪਹੁੰਚਿਆ ਅਸਲ ਜਿਹੜਾ ਮਾਮਲਾ ਹੈ ਮੈਂ ਇਹ ਕਹਿੰਦਾ ਕਿ ਮੈਨੂੰ ਲੋਕ ਬਹੁਤ ਸਾਰੇ ਕਹਿੰਦੇ ਜੀ ਤੁਸੀਂ ਇੰਟਰਟੇਨਮੈਂਟ ਤੁਸੀਂ ਜ਼ਰਾਫਤ ਕਰਨ ਵਾਲੇ ਬੰਦੇ ਸੋ ਤੁਸੀਂ ਲੋਕਾਂ ਨੂੰ ਹਸਾਉਣ ਵਾਲੇ ਬੰਦੇ ਸੋ ਲੇਕਿਨ ਤੁਸੀਂ ਉਹ ਵੀ ਨਾਲ ਕਰੋ ਮਤਲਬ ਕੋਈ ਹਸਾਉਣਾ ਕੋਈ ਬੁਰੀ ਗੱਲ ਨਹੀਂ ਮੈਂ ਵੀ ਕਹਿੰਦਾ ਕਿ ਹਸਾਉਣਾ ਚਾਹੀਦਾ ਬਲਕਿ ਅਸੀਂ ਨਾ ਕਿ ਮਜ਼ਾਕ ਬਰਾਏ ਮਜ਼ਾਕ ਬਲਕਿ ਮਜ਼ਾਕ ਬਰਾਏ ਇਸਲਾਹ ਅਸੀਂ ਮਜ਼ਾਕ ਦੇ ਵਿੱਚ ਜਿਹੜਾ ਕੋਈ ਐਸਾ ਇਸ਼ੂ ਜਿਹੜਾ ਜਿਹਦੇ 'ਤੇ ਮਤਲਬ ਆਵਾਜ਼ ਉਠਾਉਣੀ ਚਾਹੀਦੀ ਹੈ ਨਾਲੇ ਉਹਨੂੰ ਉਠਾਈਏ ਨਾਲੇ ਉਹਨੂੰ ਮਜ਼ਾਕ ਦੀ ਸੂਰਤ 'ਚ ਪੇਸ਼ ਕਰੀਏ ਉਹਦੀ ਇਸਲਾਹ ਹੋਣੀ ਚਾਹੀਦੀ ਹੈ ਅਤੇ ਉਹਦੇ ਵਿੱਚ ਇਹਨਾਂ ਦਾ ਤਾਮਨ ਜਿਹੜਾ ਉਹ ਦਰਕਾਰ ਹੈ ਔਰ ਮੈਂ ਅੱਜ ਇੱਕ ਰਾਸ ਤੋਂ ਪਰਦਾ ਜਿਹੜਾ ਮੈਂ ਚੱਕ ਕਰਦਾ ਜਾਵਾਂ ਇਹ ਜਿਹੜਾ ਚੈਨਲ ਹੈ ਏ ਬੀ ਐਸ ਜੀ ਟੀ ਵੀ ਇਹ ਚੈਨਲ ਨਾ ਇੰਟਰਵਿਊ ਦਾ ਚੈਨਲ ਹੈ ਇਹ ਨਾ ਚੈਨਲ ਅਸੀਂ ਮਤਲਬ ਹੋਰ ਕਿਸੇ ਕੰਮ ਵਾਸਤੇ ਬਣਾਇਆ ਸੀ ਬੇਸਿਕ ਜਿਹੜੀ ਇਹਦੀ ਬੁਨਿਆਦ ਸੀ ਮਤਲਬ ਜੋ ਸੋਚ ਕੇ ਬਣਾਇਆ ਸੀ ਉਹ ਇਹ ਸੀ ਕਿ ਇਹ ਚੈਨਲ ਜਿਹੜਾ ਅਸੀਂ ਇਸ ਵਾਸਤੇ ਬਣਾਇਆ ਸੀ ਕਿ ਇਹਨਾਂ ਦੋਸਤਾਂ ਵਾਸਤੇ ਇਹ ਇੰਟਰਟੇਨਮੈਂਟ ਚੈਨਲ ਸੀ ਔਰ ਇਹਦੇ 'ਤੇ ਅਸੀਂ ਮਜ਼ਾਹੀਆ ਵੀਡੀਓ ਬਣਾ ਕੇ ਛੋਟੀਆਂ ਛੋਟੀਆਂ ਸਟੋਰੀਆਂ ਉਹ ਚਲਾਉਣੀਆਂ ਸਨ ਸਟਾਰਟ ਦੇ ਵਿੱਚ ਅਸੀਂ ਕੋਈ 20 ਦੇ ਲਗਭਗ 18 ਜਾਂ 20 ਟੋਟਲ ਉਹਨਾਂ ਦੀ ਤਾਦਾਦ ਹੈ ਉਹ ਏ ਬੀ ਐਸ ਜੀ ਟੀ ਵੀ ਅਫੀਸ਼ੀਅਲ ਤੁਸੀਂ ਮੇਰਾ ਜਿਹੜਾ ਉਹ ਸਰਚ ਕਰੋਗੇ ਉਹਦੇ ਤੁਸੀਂ ਸਟਾਰਟ ਦੀਆਂ ਸਟੋਰੀਆਂ ਜਿਹੜੀਆਂ ਅਪਲੋਡ ਹੋਈਆਂ ਨੇ ਉੱਥੇ ਜਾਓਗੇ ਤਾਂ ਤੁਹਾਨੂੰ ਮਿਲ ਜਾਣਗੀਆਂ ਉਹ ਸਟੋਰੀਆਂ ਬਣਾਈਆਂ ਲੋਕਾਂ ਨੇ ਪਸੰਦ ਕੀਤੀਆਂ ਉਹਨਾਂ ਦੀ ਦਾਦ ਮਿਲੀ ਲੋਕਾਂ ਨੇ ਬਲਕਿ ਇਹ ਮਤਲਬ ਇਹ ਉਹ ਕੰਮ ਕਰਨ ਵਾਲੇ ਲੋਕ ਨੇ ਮੇਰੇ ਨਾਲ ਜਿਹੜੇ ਨੇ ਮਤਲਬ ਪਾਕਿਸਤਾਨ ਦੇ ਵਿੱਚ ਜਿਹੜੇ ਬੱਚਿਆਂ ਦਾ ਸ਼ੋਅ ਕਰਨ ਵਾਲੇ ਲੋਕ ਨੇ ਉਹ ਚੰਦ ਇੱਕ ਨੇ
ਜਿਹੜੇ ਬੱਚਿਆਂ ਵਾਸਤੇ ਡਰਾਮਾ ਸਕੂਲ 'ਚ ਕਾਲਜ 'ਚ ਬੱਚੀਆਂ ਵਾਸਤੇ, ਅਸੀਂ ਉਹ ਲੋਕ ਹਾਂ ਜਿਨ੍ਹਾਂ ਨੇ ਬੱਚਿਆਂ ਵਾਸਤੇ ਡਰਾਮਾ ਕਰਨ ਦਾ ਹਜ਼ਾਰਾਂ ਸ਼ੋਆਂ ਦਾ ਸਾਨੂੰ ਤਜਰਬਾ ਹਾਸਲ ਹੈ। ਯਾਨੀ ਕਿ ਅਸੀਂ ਇੰਨੀ ਭਲੀ ਔਰ ਡੀਸੈਂਟ ਗੁਫ਼ਤਗੂ ਕਰਨ ਵਾਲੇ ਲੋਕ ਹਾਂ ਕਿ ਅਸੀਂ ਉਹ ਮਾਵਾਂ 'ਚ, ਭੈਣਾਂ 'ਚ, ਬੇਟੀਆਂ 'ਚ, ਮਤਲਬ ਉਹਨਾਂ ਰਿਸ਼ਤਿਆਂ ਦੇ ਤਕੱਦਸ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਐਸੀ ਗੁਫ਼ਤਗੂ ਕਰਨ ਵਾਲੇ ਲੋਕ ਹਾਂ। ਔਰ ਸਕੂਲ ਦੇ ਡਰਾਮਾ ਵੀ ਮੇਰੇ ABHD TV 'ਤੇ ਜਿਹੜੇ ਨੇ ਉਹ ਅਪਲੋਡ ਨੇ, ਔਰ ਅਲਹਮਦੁਲਿਲਾ ਮੁਸਲਸਲ ਅਸੀਂ ਕਈਆਂ ਸਾਲਾਂ ਤੋਂ ਇਹ ਬੱਚਿਆਂ ਵਾਸਤੇ ਜਿਹੜੀ ਇੰਟਰਟੇਨਮੈਂਟ ਹੈ, ਮਜ਼ਾਈ ਆ, ਉਹ ਕਰ ਰਹੇ ਹਾਂ ਕਿ ਜਿਹੜੀ ਬੱਚਿਆਂ ਵਾਸਤੇ ਇੰਟਰਟੇਨਮੈਂਟ ਕਰਨੀ ਇੰਤਹਾਈ ਮੁਸ਼ਕਲ ਹੈ। ਵੱਡੇ ਬੰਦੇ ਨੂੰ ਜੁਗਤ ਕਰਕੇ ਹਸਾਉਣਾ, ਲੇਕਿਨ ਜਿਹੜਾ ਆਮ ਬੰਦਾ ਉਹਦੇ ਵਾਸਤੇ ਕਿੰਨਾ ਮੁਸ਼ਕਲ ਹੈ। ਸੋ ਇਹ ਮੇਰੇ ਨਾਲ ਨੇ ਜਨਾਬ ਜ਼ਾਕਰ ਅਲੀ ਸਾਹਿਬ ਨੇ, ਉਹ ਪਹੁੰਚਦੇ ਨੇ ਉਹਨੂੰ ਨਾਲ ਬਿਠਾਉਂਦੇ ਹਾਂ ਜਨਾਬ। ਉਹ ਗੱਲ ਹੁੰਦੀ ਨਹੀਂ, ਵੀਡੀਓ ਲੰਬੀ ਹੋ ਰਹੀ ਹੈ, ਇਹ ਤਾਂ ਪਾਰਟ 2 ਜਿਹੜਾ ਉਹ ਤੁਸੀਂ ਜ਼ਰੂਰ ਦੇਖਣਾ। ਚਲੋ ਆ ਗਏ, ਲਓ ਜਨਾਬ ਆ ਗਏ ਨੇ, ਆਓ ਜੀ। ਅਸਲਾਮ ਅਲੈਕੁਮ ਜਨਾਬ। ਲਓ ਜੀ ਜ਼ਾਕਰ ਅਲੀ ਸਾਹਿਬ ਆ ਗਏ ਜਨਾਬ। ਸੇ ਮੈਂ ਇਹ ਜਨਾਬ ਆ ਗਏ ਲੇਟ ਦੀ ਮਾਦਲ ਜਨਾਬ, ਕੋਈ ਗੱਲ ਨਹੀਂ, ਤੁਸੀਂ ਝਟ ਪਲੇਟ ਲਓ। ਲਓ ਜੀ